ਸਤਿ ਸ਼੍ਰੀ ਅਕਾਲ, ਮੈਂ ਹਾਂ ਚੰਚਲ ਮਨੋਹਰ ਸਿੰਘ, ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਜੋ ਪੰਜਾਬ ਸਰਕਾਰ ਨੇ ਮੁਫਤ ਤੀਰਥ ਯਾਤਰਾ ਸਕੀਮ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ 'ਤੇ ਆਰੰਭੀ ਸੀ, ਉਸ ਸਕੀਮ ਨੂੰ ਅਸੀਂ ਸਮਝਦੇ ਹਾਂ। ਚਾਹੇ ਉਹ ਸਾਰੀ ਧਰਮਾਂ ਦੇ ਗੁਰਧਾਮਾਂ 'ਤੇ ਜਾਣ ਦਾ ਉਹਦੇ ਵਿੱਚ ਵਸੀਲਾ ਰੱਖਿਆ ਗਿਆ ਸੀ, ਯਾਨੀ ਹਿੰਦੂ, ਸਿੱਖ, ਮੁਸਲਮਾਨ, ਪਰ ਫਿਰ ਵੀ ਸਾਡਾ ਇੱਕ ਇਸ ਸਕੀਮ ਬਾਰੇ ਵੱਖਰਾ ਸੋਚ ਹੈ। ਵੱਖਰੀ ਸੋਚ ਕਰਕੇ ਮੈਂ ਇਹ ਸਮਝਦਾ ਕਿ ਸਰਕਾਰਾਂ ਦੇ ਕੰਮ ਨਹੀਂ ਹਨ ਕਿ ਉਹ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏ। ਚਾਹੇ ਇਹ ਸਰਕਾਰ ਦੀ ਅਸੀਂ ਸ਼ਲਾਘਾ ਕਰ ਸਕਦੇ ਹਾਂ ਕਿ ਇਸ ਨੇ ਸਿਰਫ ਸਿੱਖ ਗੁਰਧਾਮਾਂ ਦੀ ਨਹੀਂ ਬਲਕਿ ਹਿੰਦੂਆਂ ਦੇ ਵੀ ਧਾਰਮਿਕ ਸਥਾਨ ਅਤੇ ਮੁਸਲਮਾਨਾਂ ਦੇ ਵੀ ਧਾਰਮਿਕ ਸਥਾਨਾਂ 'ਤੇ ਦਰਸ਼ਨਾਂ ਲਈ ਜੋ ਸ਼ਲਾਘਾਯੋਗ ਆਰੰਭ ਕੀਤਾ ਸੀ ਕਾਰਜ, ਉਹ ਠੀਕ ਹੈ, ਪਰ ਕੀ ਸਰਕਾਰਾਂ ਦਾ ਅਜਿਹਾ ਕੰਮ ਹੈ ਕਿ ਉਹ ਲੋਕਾਂ ਨੂੰ ਗੁਰਦੁਆਰੇ, ਮੰਦਰ ਅਤੇ ਮਸਜਿਦਾਂ 'ਤੇ ਜਾ ਕੇ ਦਰਸ਼ਨ ਕਰਾਏ? ਇੱਕ ਅੱਧੇ ਵੀ ਸਰਕਾਰਾਂ ਦਾ ਕੰਮ ਨਹੀਂ ਹੋ ਸਕਦਾ। ਇਸ ਸਰਕਾਰ ਦੀ ਅਸੀਂ ਇਸ ਪੱਖੋਂ ਇਸ 'ਤੇ ਨਿੰਦਾ ਕਰਦੇ ਹਾਂ ਕਿ ਇਹਨਾਂ ਨੇ ਅਜਿਹੀ ਸਕੀਮ ਚਲਾਈ। ਅਜਿਹੀ ਹੀ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮੁੱਖ ਮੰਤਰੀ ਸੀ, ਉਹਨਾਂ ਨੇ ਆਪਣੇ ਰਾਜਕਾਲ ਵਿੱਚ ਸਿਰਫ ਸਿੱਖਾਂ ਲਈ, ਯਾਨੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਦਰਸ਼ਨ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਟ੍ਰੇਨਾਂ ਚਲਾਈਆਂ ਅਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਫ੍ਰੀ ਜਿਹੜੀ ਸੀ ਇਹ ਯਾਤਰਾ ਆਰੰਭੀ ਸੀ। ਮੇਰਾ ਮੰਨਣਾ ਇਹ ਹੈ ਕਿ ਸਰਕਾਰਾਂ ਦਾ ਇਹ ਕੰਮ ਬਿਲਕੁਲ ਨਹੀਂ। ਲੋਕ ਜਾਂ ਸ਼ਰਧਾਲੂ ਜੋ ਵੀ ਆਪਣੇ ਆਪਣੇ ਜਾਣਾ ਚਾਹੁੰਦੇ ਹਨ ਧਾਰਮਿਕ ਸਥਾਨ ਦੇ ਦਰਸ਼ਨਾਂ ਦੇ, ਉਹਨਾਂ ਨੂੰ ਆਪਣੇ ਵਸੀਲਿਆਂ ਰਾਹੀਂ ਜਾਣਾ ਚਾਹੀਦਾ। ਜਿਸ ਸਕੀਮ ਲਈ 40 ਕਰੋੜ ਰੁਪਈਆ ਰੱਖਿਆ ਸੀ ਸਾਲ ਦਾ ਮਾਨ ਸਰਕਾਰ ਨੇ, ਉਹ 40 ਕਰੋੜ ਰੁਪਈਆ ਸਰਕਾਰ ਨੂੰ ਖਰਚਣਾ ਚਾਹੀਦਾ ਹੈ ਪਿੰਡਾਂ ਦੇ ਸਕੂਲਾਂ ਦੇ ਸੁਧਾਰ ਲਈ। ਉੱਥੇ ਟੀਚਰ ਵੀ ਪ੍ਰਦਾਨ ਕੀਤੇ ਜਾਣ, ਟੀਚਰਾਂ ਦੀ ਜਿਹੜੀ ਇਹ ਵਿਵਸਥਾ ਕੀਤੀ ਜਾਏ, ਉਹਨਾਂ ਦੀ ਤਨਖਾਹ ਦਾ ਇੰਤਜ਼ਾਮ ਕੀਤਾ ਜਾਏ ਅਤੇ ਹੋਰ ਕਈ ਕਿਸਮ ਦੇ ਜੋ ਵਿਸ਼ੇਸ਼ ਪ੍ਰੋਗਰਾਮ ਹਨ ਜਿਸ ਨਾਲ ਕਿ ਗਰੀਬਾਂ ਦਾ ਫਾਇਦਾ ਹੋ ਸਕੇ। ਮੈਂ ਸਮਝਦਾ ਕਿ ਇਹ 40 ਕਰੋੜ ਰੁਪਈਆ ਉਹਨਾਂ ਨੂੰ ਹੁਣ ਡਿਵਰਟ ਕਰਨਾ ਚਾਹੀਦਾ ਹੈ ਕਿ ਪਿੰਡਾਂ ਦੇ ਸਕੂਲਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ। ਜਿਹੜੇ ਜਿਹੜੇ ਸਕੂਲ ਵਿੱਚ ਟੀਚਰ ਨਹੀਂ ਹਨ ਉੱਥੇ ਟੀਚਰ ਪ੍ਰਦਾਨ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਤੇ ਸਰਕਾਰਾਂ ਦੀ ਹੈ। ਚਾਹੇ ਅਰਵਿੰਦ ਕੇਜਰੀਵਾਲ ਜੀ ਜੋ ਦਿੱਲੀ ਦੇ ਮੁੱਖ ਮੰਤਰੀ ਹਨ, ਉਹਨਾਂ ਨੇ ਵੀ ਦਿੱਲੀ ਤੋਂ ਇਹੋ ਜਿਹੀ ਇੱਕ ਸਕੀਮ 40
ਚਾਲੂ ਕੀਤੀ ਹੋਈ ਸੀ, ਅਸੀਂ ਉਸ ਦੀ ਵੀ ਕਰੜੀ ਨਿਖੇਧੀ ਕਰਦੇ ਹਾਂ ਕਿ ਸਰਕਾਰਾਂ ਦੇ ਇਹ ਕੰਮ ਨਹੀਂ ਕਿ ਉਹ ਲੋਕਾਂ ਦੇ ਧਰਮਾਂ ਵਿੱਚ ਇਸ ਪ੍ਰਕਾਰ ਦੀਆਂ ਸਕੀਮਾਂ ਚਲਾ ਕੇ ਪਾਪੂਲਰ ਆਪਣੀ ਸ਼ਲਾਘਾ ਕਰਵਾਉਣ, ਬੱਲੇ ਬੱਲੇ ਕਰਵਾਉਣ ਅਤੇ ਵੋਟਾਂ ਲੈਣ ਲਈ ਆਪਣਾ ਧਾਰਮਿਕ ਭਾਵਨਾਵਾਂ ਨੂੰ ਵਰਤਣ। ਇਹ ਸਰਕਾਰ ਨੇ ਜੋ ਇਹ ਕੀਤਾ ਸੀ, ਉਹ ਵੈਸੇ ਵੀ ਇਹ ਸਕੀਮ ਸਰਕਾਰ ਦੀ ਖੁੱਡੇ ਲਾਈਨ ਲੱਗ ਹੀ ਲੱਗਦੀ ਹੈ। ਉਹਦਾ ਕਾਰਨ ਇਹ ਹੋਇਆ ਹੈ ਕਿ ਸਰਕਾਰ ਨੇ ਚਾਹੇ ਵਿਉਂਤਬੰਦੀ ਕੀਤੀ ਹੋਈ ਸੀ, ਪਰ ਸਰਕਾਰ ਦੀ ਇੱਕੋ ਹੀ ਟ੍ਰੇਨ ਜਿਹੜੀ ਹੈ ਉਹ ਚੱਲ ਸਕੀ, ਜਿਸ ਨੂੰ ਕਿ ਰਵਾਨਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੇ। ਉਸ ਤੋਂ ਬਾਅਦ ਦੀ ਨਹੀਂ, ਜਿਹੜੀ 6 ਦਸੰਬਰ ਨੂੰ ਜਲੰਧਰ ਤੋਂ ਵਾਰਾਣਸੀ ਜਾਣੀ ਸੀ, ਉਸ ਦੇ ਵਿੱਚ ਹਿੰਦੂ ਸਮੁਦਾਇ ਦੇ, ਅਤੇ ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਵਿੱਚ ਸਿੱਖ ਸਮੁਦਾਇ ਦੇ ਜਿਹੜੇ ਸ਼ਰਧਾਵਾਨ ਲੋਕ ਸੀ ਜਾਂ ਮੁਸਲਮਾਨ ਜਿਹੜੇ ਸੀਗੇ ਉਹ ਨਹੀਂ ਸੀ ਜਾ ਸਕਦੇ, ਉਹ ਵੀ ਜਾ ਸਕਦੇ ਸੀ, ਪਰ ਉਹ ਟ੍ਰੇਨ ਕੈਂਸਲ ਕਰਨੀ ਪਈ ਕਿਉਂਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਟ੍ਰੇਨਾਂ ਦੇਣ ਤੋਂ ਇਨਕਾਰ ਕਰਤਾ, ਕਿਉਂਕਿ ਉਹਨਾਂ ਕੋਲ ਜੋ ਡੀਜ਼ਲ ਦੇ ਅਤੇ ਜੋ ਬਿਜਲੀ ਦੇ ਇੰਜਣ ਹਨ ਉਹਨਾਂ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ। ਔਰ ਇਸੇ ਤਰ੍ਹਾਂ 15 ਦਸੰਬਰ ਨੂੰ ਮਲੇਰਕੋਟਲੇ ਅਤੇ ਅਜਮੇਰ ਸ਼ਰੀਫ ਨੂੰ ਜਾਣੀ ਸੀ ਟ੍ਰੇਨ, ਉਹ ਵੀ ਜਿਹੜੀ ਹੈ ਕੈਂਸਲ ਕਰਨੀ ਪਈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਕੀਮ 'ਤੇ ਮੁੜ ਵਿਚਾਰ ਕਰੇ ਅਤੇ ਇਸ ਸਕੀਮ ਨੂੰ ਜਿਹੜਾ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਇਸ ਬਾਰੇ ਜਿਹੜਾ ਕਿ ਕੋਈ ਸਰਕਾਰ ਕੋਲ ਮੈਂਡੇਟ ਨਹੀਂ, ਨਾ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ ਕਿ ਉਹ ਲੋਕਾਂ ਨੂੰ ਯਾਤਰਾਵਾਂ ਕਰਾਉਣਗੇ। ਇਹ ਜੋ ਯਾਤਰਾਵਾਂ ਦੀ ਕਹਾਣੀ ਚੱਲੀ ਹੈ, ਇਹਦੀ ਅਸੀਂ ਇਸ ਕਰਕੇ ਵੀ ਇਹਦੇ ਵਿਰੁੱਧ ਹਾਂ ਕਿਉਂਕਿ ਕੇਂਦਰ ਸਰਕਾਰ ਵੀ ਜੋ ਅਯੁੱਧਿਆ ਦੀ ਯਾਤਰਾ ਲਈ ਫਰੀ ਟ੍ਰੇਨਾਂ ਅਤੇ ਬੱਸਾਂ ਦਾ ਇੰਤਜ਼ਾਮ ਕਰ ਰਹੀ ਹੈ। 22 ਜਨਵਰੀ ਨੂੰ ਅਯੁੱਧਿਆ ਦੀ ਜੋ ਸ਼੍ਰੀ ਰਾਮ ਜੀ ਦਾ ਮੰਦਿਰ ਹੈ ਉਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਨਗੇ ਅਤੇ ਉਸ ਨੂੰ ਬਹੁਤ ਵੱਡਾ ਸਮਾਗਮ ਦੇ ਰੂਪ ਵਿੱਚ ਬਣਾਇਆ ਜਾ ਰਿਹਾ। ਔਰ ਉਹਦੇ ਵਿੱਚ ਸਾਰੇ ਦੇਸ਼ 'ਚੋਂ ਜਿਹੜੇ ਵੱਡੇ ਵੱਡੇ ਲੀਡਰ ਔਰ ਨਾਮੀ ਫਿਲਮ ਸਟਾਰ, ਸਪੋਰਟਸਮੈਨ ਅਤੇ ਹੋਰ ਜੋ ਜਿਨ੍ਹਾਂ ਲੋਕਾਂ ਨੇ ਆਪਣੇ ਆਪਣੇ ਖਿੱਤਿਆਂ ਵਿੱਚ ਬੜੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਵੀ ਸੱਦਿਆ ਜਾਏਗਾ। ਉਹਨਾਂ ਲਈ ਉੱਥੇ ਕਿਸ ਪ੍ਰਕਾਰ ਇੰਨੀ ਵੱਡੀ ਇਕੱਠ ਨੂੰ ਰਹਿਣ ਦਾ ਕੀ ਇੰਤਜ਼ਾਮ ਹੋਏਗਾ, ਉਹ ਤਾਂ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਅਤੇ ਉਹ ਜੋ ਅਯੁੱਧਿਆ ਟੈਂਪਲ ਹੈ ਸ਼੍ਰੀ ਰਾਮ ਜੀ ਦਾ, ਉਹਦੀ ਮੈਨੇਜਮੈਂਟ ਦੀ ਵੀ ਜ਼ਿੰਮੇਵਾਰੀ ਹੈ, ਕਿਉਂਕਿ 2024 ਦੀਆਂ ਜੋ ਚੋਣਾਂ ਹੋ ਰਹੀਆਂ ਉਹਨਾਂ ਚੋਣਾਂ ਵਿੱਚ ਇਸ ਮੰਦਿਰ ਦੀ ਸਥਾਪਨਾ ਨੂੰ ਵੋਟਾਂ ਲੈਣ ਲਈ ਸਾਰੇ ਦੇਸ਼ ਵਿੱਚ ਇਸ ਦਾ ਪ੍ਰਚਾਰ ਕੀਤਾ ਜਾਏਗਾ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਉਹਨਾਂ ਦਾ BJP ਦੀ ਕੇਂਦਰ ਵਿੱਚ ਜੋ ਸਰਕਾਰ ਹੈ ਉਸ ਨੂੰ ਲਾਭ ਦਿਵਾਉਣ ਦਾ ਇੱਕ ਯਤਨ ਹੈ। ਸਾਡਾ ਜੋ ਮੇਰਾ ਇਹ ਵਿਚਾਰ ਹੈ ਕਿ ਇਹ ਸਰਕਾਰਾਂ
ਦਾ ਕੰਮ ਨਹੀਂ ਕਿ ਉਹ ਲੋਕਾਂ ਨੂੰ ਗੁਰੂ ਧਾਮਾਂ ਦੀ ਔਰ ਦਰਸ਼ਨਾਂ ਲਈ ਗੱਡੀਆਂ ਅਰੇਂਜ ਕਰਨ, ਯਾਤਰਾਵਾਂ ਕਰਾਉਣ। ਇਹ ਇੱਕ ਜਿਹੜੀ ਗਲਤ ਪਰੰਪਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ, ਉਸ ਨੂੰ ਹੁਣ ਬੰਦ ਕਰਨਾ ਚਾਹੀਦਾ, ਕਿਉਂਕਿ ਇਸ ਜੋ ਰੁਪਈਆ 40 ਕਰੋੜ ਸਾਲ ਦਾ ਯਾਤਰਾ 'ਤੇ ਖਰਚਣਾ, ਇਸ 'ਤੇ ਜੋ ਪਿੰਡਾਂ ਦੇ ਸਕੂਲਾਂ ਵਿੱਚ ਅਤੇ ਹੋਰ ਜੋ ਸਿਹਤ ਨਾਲ ਸੰਬੰਧਿਤ ਪਿੰਡਾਂ ਦੀਆਂ ਕੋਈ ਸੜਕਾਂ ਦਾ ਪ੍ਰਬੰਧ, ਕੋਈ ਹੋਰ ਵੀ ਜੋ ਕੁਛ ਜੋ ਸ਼ਲਾਘਾਯੋਗ ਕੰਮ ਹੋ ਸਕਦੇ ਹਨ ਉਹ ਕਰਨੇ ਚਾਹੀਦੇ। ਸੋ ਸਾਡਾ ਇਸ ਵਿੱਚ ਕਿਸੇ ਧਰਮ ਦਾ ਅਜਿਹੇ ਕਾਰਜ ਰਚਾਉਣਾ, ਕਿਸੇ ਵੀ ਪੋਲੀਟੀਕਲ ਪਾਰਟੀ ਦਾ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਚਾਹੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਹੈ, ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਜੋ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ, ਬਾਦਲ ਨੇ ਇਹ ਸਾਰਿਆਂ ਨੂੰ ਨਹੀਂ ਕਰਨਾ ਚਾਹੀਦਾ। ਔਰ ਅਸੀਂ ਇਸ ਦੀ ਜੋ ਹੈ ਉਸਨੂੰ ਸ਼ਲਾਘਾ ਕਰਨ ਤੋਂ ਅਸਮਰੱਥ ਹਾਂ, ਕਿਉਂਕਿ ਸਾਡੇ ਵਿਚਾਰ ਵਿੱਚ ਇਹ ਸਰਕਾਰਾਂ ਦੇ ਕੰਮ ਨਹੀਂ। ਲੋਕਾਂ ਨੂੰ ਧਰਮ ਦੀ ਪੁੱਠ ਪਿਲਾ ਕੇ ਅਤੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਕੋਈ ਵਧੀਆ ਸਕੀਮਾਂ ਨਾ ਬਣਾ ਕੇ, ਬੇਰੁਜ਼ਗਾਰੀ ਨਹੀਂ ਖਤਮ ਕਰਨੀ ਔਰ ਮਹਿੰਗਾਈ ਨਹੀਂ ਖਤਮ ਕਰਨੀ, ਔਰ ਲੋਕਾਂ ਨੂੰ ਇੱਦਾਂ ਦੇ ਪ੍ਰੋਗਰਾਮਾਂ ਵਿੱਚ ਧਾਰਮਿਕ ਪੁੱਠ ਦੇ ਕੇ ਉਹਨਾਂ ਨੂੰ ਆਪਣੇ ਨਾਲ ਜੋੜਨਾ, ਇਹ ਇੱਕ ਸਰਕਾਰਾਂ ਦਾ ਕੰਮ ਜਿਹੜਾ ਸਿਆਸਤਦਾਨਾਂ ਦਾ, ਇਸ ਦੀ ਜੋ ਹੈ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਸੋ ਮੈਂ ਇਸ ਚਰਚਾ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲੇ ਇਹ ਕਹਿਣਾ ਚਾਹੁੰਦਾ ਕਿ ਜੇਕਰ ਪੰਜਾਬ ਸਰਕਾਰ ਨੂੰ ਟ੍ਰੇਨਾਂ ਨਹੀਂ ਮਿਲ ਰਹੀਆਂ ਅਤੇ ਪੰਜਾਬ ਦੇ ਚੀਫ ਸੈਕਟਰੀ, ਮੁੱਖ ਸਕੱਤਰ ਨੇ ਵੀ ਰੇਲਵੇ ਮੰਤਰੀ ਅਤੇ ਰੇਲਵੇ ਬੋਰਡ ਨਾਲ ਜੋ ਚਿੱਠੀਆਂ ਦਾ ਲੇਖਾ ਜੋਖਾ ਸ਼ੁਰੂ ਕੀਤਾ, ਇਸ ਦੇ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਅਜਿਹੇ ਕਾਰਜ ਜਿਹੜੇ ਉਹ ਜਿਹੜੇ ਸਰਕਾਰ ਦੇ ਫੰਡ ਹਨ ਉਹਨਾਂ ਦੀ ਵੇਸਟ ਕਰਨਾ। ਔਰ ਇੱਕ ਜਿਹੜੀ ਰਿਟ ਪਟੀਸ਼ਨ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਿਸੇ ਨੇ ਦਾਇਰ ਕੀਤੀ ਹੈ ਕਿ ਇਹ ਸਕੀਮ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਅਸੀਂ ਵੀ ਇਹ ਮੰਗ ਕਰਦੇ ਹਾਂ ਔਰ ਜਨਤਾ ਨੂੰ ਵੀ ਇਹ ਸਮਝਣਾ ਚਾਹੀਦਾ, ਜਨਤਾ ਨੂੰ ਮੇਰੇ ਇਸ ਵੀਡੀਓ ਨੂੰ ਇਸ ਹਾਂ ਪੱਖੀ ਲੈਣਾ ਚਾਹੀਦਾ ਔਰ ਇਹਨਾਂ ਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਕਿਸੇ ਨੇ ਜ਼ੁਰਤ ਕਰਕੇ ਕਿਹਾ ਕਿ ਸਰਕਾਰਾਂ ਦੇ ਇਹ ਕੰਮ ਨੇ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਜਾਣ, ਕਿਉਂਕਿ ਇਹ ਜੋ ਪੰਜਾਬ ਦੇ 3 ਕਰੋੜ ਦੇ ਕਰੀਬ ਜਿਨ੍ਹਾਂ ਦੀ ਵੋਟਾਂ, ਜਿਨ੍ਹਾਂ ਦੀ ਪਾਪੂਲੇਸ਼ਨ ਦੇ ਭਗਵੰਤ ਮਾਨ ਜੀ ਮਾਣ ਕਰਦੇ ਹਨ ਕਿ ਮੈਂ ਉਹਨਾਂ 3 ਕਰੋੜ ਪੰਜਾਬੀਆਂ ਨੂੰ ਰੀਪ੍ਰਜੈਂਟ ਕਰਦਾ ਹਾਂ, ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਪਾਪੂਲਰ ਸਕੀਮਾਂ ਨਾਲ ਔਰ ਧਰਮਕ ਦੀ ਪੁੱਠ ਦੇਣ ਨਾਲ ਕੋਈ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਔਰ ਇਸ ਤੋਂ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਇਹ ਸਕੀਮ ਜਿਹੜੀ ਹੈ ਉਹਨਾਂ ਨੂੰ ਵਿਡਰਾ ਕਰਨੀ ਚਾਹੀਦੀ। ਹੁਣ ਆਈ ਗੱਲ ਟ੍ਰੇਨਾਂ ਦੀ, ਟ੍ਰੇਨਾਂ ਜ਼ਰੂਰੀ ਨਹੀਂ ਕਿ ਉਹਨਾਂ ਦੀ ਕਮੀ ਹੋਵੇ, ਪਰ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੀ ਸਰਕਾਰ, ਯਾਨੀ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ ਆਪਸੀ ਜੋ ਸੰਬੰਧ ਹੈ ਉਹ ਕੋਈ ਬਹੁਤ ਨਿੱਘੇ ਸੰਬੰਧ ਨਹੀਂ ਹੈਗੇ ਅਤੇ ਨਾ ਹੀ
ਸ਼੍ਰੀ ਕੇਜਰੀਵਾਲ ਜੀ ਨੇ ਜਾਂ ਭਗਵੰਤ ਮਾਨ ਜੀ ਨੇ ਇਹੋ ਜਿਹੇ ਯਤਨ ਕੀਤੇ ਕਿ ਉਹਨਾਂ ਦੇ ਕੇਂਦਰ ਸਰਕਾਰ ਨਾਲ ਨਿੱਘੇ ਸੰਬੰਧ ਬਣਨ ਤਾਂ ਜੋ ਸਟੇਟ ਦਾ ਯਾਨੀ ਪੰਜਾਬ ਦਾ ਵਿਕਾਸ ਉੱਥੋਂ ਫੰਡ ਲਿਆਂਦੇ ਜਾ ਸਕਣ ਔਰ ਉੱਥੋਂ ਸਕੀਮਾਂ ਲਿਆਂਦੀਆਂ ਜਾ ਸਕਣ ਅਤੇ ਪੰਜਾਬ ਦੀ ਬਿਹਤਰੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਕੀਤੀ ਜਾ ਸਕੇ। ਲੋਕਾਂ ਨੇ ਤੁਹਾਨੂੰ ਚੁਣਿਆ ਇਸ ਲਈ ਕਿ ਤੁਸੀਂ ਉਹਨਾਂ ਦੇ ਜੀਵਨ ਵਿੱਚ ਸੁਧਾਰ ਲਿਆਓਗੇ, ਉਹਨਾਂ ਦੀ ਆਰਥਿਕਤਾ 'ਚ ਵਾਧਾ ਕਰੋਗੇ, ਉਹਨਾਂ ਦੀ ਆਮਦਨੀ ਵਧੇਗੀ, ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ, ਬੱਚਿਆਂ ਨੂੰ ਬਣਨ ਲਈ ਸਕੂਲ ਕਾਲਜ ਯੂਨੀਵਰਸਿਟੀਆਂ ਆਦਿ ਦਿੱਤੇ ਜਾਣਗੇ, ਜਿੱਥੇ ਟੈਂਪਰੇਰੀ ਟੀਚਰ ਅਸਿਸਟੈਂਟ ਪ੍ਰੋਫੈਸਰ ਜਿਹੜੇ ਉਹ ਸੁਸਾਈਡ ਕਮਿਟ ਕਰ ਰਹੇ ਨੇ ਆਪਣੀਆਂ ਮੰਗਾਂ ਮਨਾਉਣ ਲਈ। ਤਾਂ ਸਰਕਾਰ ਨੂੰ ਧਿਆਨ ਇੱਧਰ ਦੇਣਾ ਚਾਹੀਦਾ, ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਔਰ ਸਪੈਸ਼ਲੀ ਜੋ ਵਿੱਦਿਆ ਯਾਨੀ ਕਿ ਕੁੜੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ, ਕਿਉਂਕਿ ਇੱਕ ਜੋ ਕੁੜੀ ਹੈ ਜਦੋਂ ਮਾਤਾ ਬਣਦੀ ਹੈ ਤਾਂ ਉਹ ਸਾਰੇ ਟੱਬਰ ਨੂੰ ਪੜ੍ਹਾ ਦਿੰਦੀ ਹੈ। ਅਗਰ ਉਹ ਆਪ ਪੜ੍ਹੀ ਹੋਵੇ ਅਤੇ ਉਸ ਕੋਲ ਚੰਗੀ ਉੱਚੀ ਵਿੱਦਿਆ ਹੋਵੇ ਅਤੇ ਉਹ ਸਮਝਦਾਰ ਹੋਵੇ, ਉਹਦੇ ਕੋਲ ਨੌਕਰੀ ਹੋਵੇ ਤਾਂ ਉਹ ਕਿੰਨੇ ਹੀ ਪਰਿਵਾਰਾਂ ਦਾ ਸੁਧਾਰ ਕਰ ਸਕਦੀ ਹੈ। ਸੋ ਇੱਥੇ ਮੈਂ ਇਸ ਚਰਚਾ ਨੂੰ ਬੰਦ ਕਰਦਾ ਅਤੇ ਉਮੀਦ ਕਰਦਾ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਜੇਕਰ ਹੁਣ ਤੱਕ ਤੁਸੀਂ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਇਸ ਨੂੰ ਸਬਸਕ੍ਰਾਈਬ ਕਰੋ ਔਰ ਇਸ ਦਾ ਜੋ ਬੈੱਲ ਆਈਕਨ ਹੈ ਯਾਨੀ ਇਹਦੀ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਸਿੱਧੀ ਜੋ ਵੀਡੀਓ ਅਸੀਂ ਪਾਵਾਂਗੇ ਉਹ ਸਿੱਧੀ ਤੁਹਾਡੇ ਤੱਕ ਪੁੱਜਦੀ ਹੋਵੇ। ਇਸ ਨੂੰ ਲਾਈਕ ਕਰੋ, ਫੇਸਬੁੱਕ ਉੱਪਰ ਵੀ ਤੁਸੀਂ ਮੇਰੀ ਗੁਜ਼ਾਰਿਸ਼ ਨੂੰ ਕਬੂਲ ਕਰਦੇ ਹੋਏ ਇਸ ਨੂੰ ਲਾਈਕ ਵੀ ਕਰੋ ਫੇਸਬੁੱਕ 'ਤੇ ਅਤੇ ਫਾਲੋ ਵੀ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ।